ਹਾਂ ਮੋਦੀ ਆ ਪਾਣੀ ਦਿਆ ਮੋਦੀ ਸਿਆ ਕਿੱਥੇ ਮਰਿਆ ਮੋਦੀ ਕਿੱਥੇ ਗਿਆ ਮੋਦੀ ਲੀਡਰ ਕਿੱਥੇ ਗਿਆ ਕਿੱਥੇ ਗਿਆ ਉਹ ਡਾਕਟਰ ਜਿੰਦਰ ਕੁੱਧਰ ਗਿਆ ਹਨ ਮਰੀਆਂ ਦਾ ਵੀ ਵੋਟ ਡਾਕਟਰ ਜਿੰਦਰ ਵੋਟ ਲੈਣ ਦਿਆ ਹੁਣ ਸਾਨੂੰ ਪਾਣੀ ਕਹਿਣ ਜਾ ਡਾਕਟਰ ਜਿੰਦਰ ਦਿਆ ਸਾਨੂੰ ਪਾਣੀ ਆ ਗਿਆ ਹੁਣ ਕਿੱਥੇ ਮਰਿਆ ਡਾਕਟਰ ਜੰਮੂ ਜਾਈ ਕਿਆ ਪਾਣੀ ਚੰਦੋ ਚੱਕਰ ਲਾ ਸਿਆ ਖਾਈ ਡਾਕਟਰ ਜਿੰਦਰ ਵੋ ਚੰਦ ਮਾਂ ਸੀ ਆਖ ਕਰ ਕਰ ਦੇਖਾ ਜੀ ਪਾਣੀ ਹੈ ਨਾ ਹੈ ਵੋਟ ਲੈਣ ਪਰ ਸਿੱਧੇ ਰਾਤ ਡਾਕਟਰ ਜਿੰਦਰ ਤੂੰ ਉਸ ਪਿੰਡ ਸਾਡੇ ਚੰਦ ਮਾਂ ਹਾਂ ਚੰਦਾ ਫਰਾਠੀ ਮਾਰੇ ਕੋਈ ਬੱਤੀ ਆ ਜਾਂਦੀ ਹੈ ਇੱਕ ਰਾਤ ਕੱਟ ਇੱਥੇ ਡਾਕਟਰ ਜਿੰਦਰ ਬੋਲ ਇੱਕ ਰਾਤ ਕੱਟ ਚੰਦ ਮਾਈ ਪਾਣੀ ਆ ਬੱਤੀ ਆ ਜਾਂ ਨਹੀਂ ਹੈ ਹੈ ਹੁਣ ਕਿੱਥੇ ਮਰਿਆ ਉਹ ਮਰਿਆ ਕਿੱਥੇ ਡਾਕਟਰ ਜਿੰਦਰ ਵੋਟ ਲੈਣ ਤੇ ਬੜ ਸਿੱਧੇ ਧਿਆਨ ਦਾ ਕਿੰਨੇ ਪਾਣੀ ਲਵਾ ਦੇਵੇ ਪਾਣੀ ਬੱਤੀ ਮੋਦੀ ਵਾਲਾ ਪਾਣੀ ਬੱਤੀ ਘਰ ਘਰ ਦਿਓ ਜੀ ਇਹ ਘਰ ਘਰ ਬੁੱਧੀ ਪਾਣੀ 1800 ਰੁਪਏ ਬਿੱਲ ਦਿਆ 1900 ਰੁਪਏ ਬਿੱਲ 2600 ਰੁਪਏ ਬਿੱਲ ਹਰ ਮਹੀਨੇ ਅਸਾਂ ਆਖਦੇ ਕਿ ਲਾਈਟ ਦਿਓ ਹੁਣ ਕਿਰਾਏ ਦੇ ਮੈਂ ਤਿਆਰ ਹਾਂ ਤੁਹਾਨੂੰ ਚੱਲਦਾ ਨੀ ਹੈ ਅੰਦਰ ਬੀਹ ਨੀ ਸਕਦੇ ਰਾਤ ਦਿਨ ਪੂਰੀ ਰਾਤ ਬਾਹਰ ਬੈਠਣੇ ਆ ਤਾਂ ਸੁਨੀਤਾ ਪਿੰਡ ਚੰਦਮਾ ਸਾਡੇ ਸਾਡੇ ਪਿੰਡ ਬੱਤੀ ਨਹੀਂ ਹੈ ਨਾ ਬੱਤੀ ਨਾ ਸਾਡੇ ਪਾਣੀ ਬੱਤੀ ਸਾਡੇ ਸਾਰੇ ਸਾਰੇ ਬੱਤੀ ਜਾਂਦੀ ਹੈ ਜਾਂ ਟਾਫਾ ਨਵਾਂ ਲਾਉਣ ਉੱਥੇ ਆਈਏ ਤਾਂ ਜਿਹੜੇ ਪੋਲਟਰੀ ਫਾਰਮ ਲੱਗੇ ਦਾ ਇਹਦੇ ਤਾਲਾ ਪਟਾਓ ਉੱਥੇ ਆਈਏ ਹੈਂ ਇਹਦੇ ਪੱਖੇ ਦੇ ਕਰਾਂ ਤੇ ਜਾਂ ਬੱਤੀ ਵਾਲੇ ਆਣ ਕੇ ਬੱਤੀ ਵਾਲੇ ਤੇ ਆਣ ਇੱਕ ਰਾਤ ਕੱਟਣ ਦਿਹਾੜੀ ਕੱਟਣ ਫਿਰ ਪਤਾ ਲੱਗੇ ਸਾਡੇ ਪਿੰਡ ਬੱਤੀ ਹੈ ਜਾਂ ਨਹੀਂ ਹੈ ਜੇ ਸਾਡੇ ਪਿੰਡ ਬੱਤੀ ਨਹੀਂ ਆਈ ਤਾਂ ਇਹ ਰੋ ਬੜਾ ਕਰੇ ਨਾ ਸਭ ਗੱਲ ਬੱਤੀ ਵਾਲੇ ਆਂਗਣ ਸਾਡੇ ਪਿੰਡ ਬੱਤੀ ਵਾਲਾ ਸਾਡੇ ਪਿੰਡ ਆਂਗਣ ਬੱਤੀ ਵਾਲੇ ਆਂਗਣ ਬਿੱਲ ਲੈ ਗਿਆ ਹੁਣ ਅਸੀਂ ਮਾਲ ਚਾੜੀਆਂ ਪਿੰਡਾਂ ਲੈਣ ਮਾਲ ਚਾੜੀਆਂ ਜਿਹੜਾ ਵੀ ਉੱਥੇ ਬਿੱਲ ਲੈ ਗਿਆ ਉਹਨੇ ਲੈਣ ਮੈਂ ਉਸੇ ਬੱਤੀ ਮਾਲ ਚਾੜੀ ਹੁਣ ਅਸੀਂ ਕੱਖ ਨਹੀਂ ਉਸੀ ਅਸੀਂ ਕੁੱਟ ਜਾਣੀ ਅੰਦਰ ਦੀਆਂ ਮਾਰਨਾ ਸੀਗੀਆਂ ਸਾਡਾ ਵਾ ਨਵਾਂ ਲਾ ਤੇ ਜਾਂ ਸਾਡੇ ਬੱਤੀ ਲਾ ਫੜੇ ਗਿਆ ਸਾਨੂੰ ਬੱਤੀ ਬੜੀ ਪ੍ਰੋਬਲਮ ਸਾਨੂੰ ਸਾਡਾ ਮਸਾਲਾ ਨਹੀਂ ਕਰ ਗਿਆ ਅਸੀਂ ਰੋਡ ਬਲਾਕ ਕਰਨਾ ਕਰ ਲੈ ਸਾਡਾ ਮਸਲਾ ਅੱਜ ਹੋਣਾ ਚਾਹੀਦਾ ਜੇ ਸਾਡਾ ਮਸਲਾ ਨਹੀਂ ਹੱਲ ਹੋਇਆ ਅਸੀਂ ਰੋਡ ਕਰਨਾ ਬਲਾਕ ਤੇ ਜਿਹੜਾ ਬੱਤੀ ਵਾਲਾ ਡਾਂਗਾ ਲਈ ਕੁੱਟਣਾ ਸੀ ਨਾਮ ਮੀਤਿਕ ਹੈ ਹਮ ਚੰਦਮਾ ਗਾਉਂ ਸੇ ਹੈ ਤਹਿਸੀਲ ਮੜੀਨ ਹੈ ਹਮਾਰੀ ਡਿਸਟ੍ਰਿਕਟ ਕਠੂਆ ਹੈ ਸਰ ਯਹਾਂ ਪੇ ਲਾਈਟ ਕੀ ਬਹੁਤ ਪ੍ਰੋਬਲਮ ਹੈ ਲਾਈਟ ਆਤੀ ਨਹੀਂ ਚੱਕਰ ਇਹ ਹੈ ਕਿ ਯਹਾਂ ਪੇ ਹਮਾਰੇ ਪੋਲਟਰੀ ਫਾਰਮ ਕਨੈਕਟ ਕਰੇ ਗਏ ਹੈ ਜੋ ਕਮਰਸ਼ੀਅਲ ਯੂਨਿਟ ਹੈ ਇਸਮੇ ਆਨੇ ਨਹੀਂ ਚਾਹੀਏ ਅੰਕਲ ਜੀ ਪਹਿਲੇ ਵੀ ਬਤਾ ਕੇ ਗਏ ਹੈ ਜਬ ਇਹ ਚੀਜ਼ ਲਾਗੂ ਹੀ ਨਹੀਂ ਹੋਤੀ ਹੈ ਤੋ ਯੇ ਲੋਕ ਕਿਉਂ ਚਲਤਾ ਹੈ ਹਮਾਰੇ ਲਈ ਕਿਉਂ ਯੇ ਪ੍ਰੋਬਲਮ ਕ੍ਰੀਏਟ ਕਰਤੇ ਹੈ ਯੇ ਨਹੀਂ ਹੋਣਾ ਚਾਹੀਏ ਦੂਸਰੀ ਬਾਤ ਇਹ ਹੈ ਸਰ ਆਏ ਦਿਨ ਯਹਾਂ ਪੇ ਫਿਊਜ਼ ਜਬ ਬ੍ਰੇਕਡਾਊਨ ਹੋ ਜਾਤਾ ਹੈ ਤੋ ਯੇ ਮੇਰੇ ਪਾਪਾ ਹੀ ਜਾਏਂਗੇ ਲਗਵਾਣੇ ਕੇ ਲਈ ਕਿਆ ਵੋ ਲਾਈਨ ਮੈਨ ਹੈ ਹਮ ਲੋਗ ਐਸਾ ਕਾਮ ਨਹੀਂ ਕਰੇਂਗੇ ਸਰਪੰਚ ਕੋ ਬਹੁਤ ਬਾਰ ਕਾਲ ਕਰਾ ਹੈ ਜੋ ਹਮਾਰੀ ਮੈਮ ਹੈ ਯਹਾਂ ਪੇ ਸਰਪੰਚ ਹੈ ਐਕਸਰ ਪੰਚ ਹੈ ਤੋ ਉਨਕਾ ਟੈਨਿਊਰ ਖਤਮ ਹੈ ਲੇਕਿਨ ਫਿਰ ਰਿਸਪੋਂਸਿਬਿਲਿਟੀ ਕੌਣ ਲੇਗਾ ਕਾਮ ਕਰਦੇ ਨਹੀਂ ਹੈ ਸਰ ਬਹੁਤ ਬਾਰ ਉਨਕੋ ਮੈਸੇਜ ਕਰਾ ਵੋ ਆ ਕੇ ਦੇਖ ਕੇ ਵੀ ਗਏ ਹੈ ਔਰ ਉਨ੍ਹੇ ਯੇ ਵੀ ਬੋਲਾ ਕਿ ਮੈਂ ਤਾਰ ਚੇਂਜ ਕਰ ਦੂੰਗਾ ਕਬ ਚੇਂਜ ਕਰੇਂਗੇ ਆਪ ਸਰ ਆਜ ਹਮ ਲੋਗ ਇਸ ਲਈ ਮਜਬੂਰ ਹੋਏ ਕਿਉਂਕਿ ਕਿਸੇ ਨੇ ਕੋਈ ਸਟੈਪ ਲਿਆ ਹੀ ਨਹੀਂ ਹੈ ਹਮ ਬਹੁਤ ਦੁਖੀ ਹੈ ਹਮੇ ਯੇ ਚਾਹੀਏ ਕਿ ਹਮਾਰਾ ਯੇ ਟ੍ਰਾਂਸਫਾਰਮਰ ਯੇ ਚੇਂਜ ਕਰਾ ਜਾਏ 250 ਵਾਟ ਕਾ ਦੀਆ ਜਾਏ ਤਾਂਕਿ ਹਮ ਲੋਗੋਂ ਕੀ ਪ੍ਰੋਬਲਮ ਜੋ ਹੈ ਵੋ ਉਸਕਾ ਹੱਲ ਕੀਆ ਜਾਏ ਬਾਤ ਇਹ ਵੀ ਹੈ ਦੂਸਰਾ ਨੰਬਰ ਇਹ ਪੋਲਟਰੀ ਫਾਰਮ ਬੰਦ ਕਰ ਦੇਣੀ ਚਾਹੀਏ ਹਮਾਰੇ ਸਾਥ ਕਿਉਂ ਹੈ ਇਹ ਹਮਾਰੇ ਲੋਕੈਲਿਟੀ ਮੇ ਨਹੀਂ ਹੈ ਹਮ ਕਹਾਂ ਪੇ ਡੱਬ ਮੱਲਾ ਹੈ ਵੋ ਕਹਾਂ ਪੇ ਰਾਜਪੂਤ ਮੱਲਾ ਹਮਾਰੇ ਲਈ ਕਿਉਂ ਕ੍ਰੀਏਟ ਕਰ ਰਹੇ ਹੈ ਪ੍ਰੋਬਲਮ
हम लोग यही चाहते हैं कि हमें 250 वाट का ट्रांसफार्मर दिया जाए। सर लाइट की भी प्रॉब्लम है, पानी की भी प्रॉब्लम है, पानी भी नहीं आता सर, लोग क्या करेंगे। कई लोग बहुत गरीब होते हैं, उनके पास बेसिक अमेनिटीज ही नहीं है। राइट ऑफ लाइफ जो हमें 21 आर्टिकल कहता है वो किसके लिए है? ये लोग कुछ काम करते ही नहीं है। जब इनको कुछ बोलो लाइनमैन जो है फोन नहीं उठाता, रात को फ्यूज उड़ जाएगा, हम लोग जाएंगे क्यों भाई? हम लोग क्यों जाएं? तू पे किस बात के लिए था? अगर तू जा नहीं सकता तो सीधी बात है सर, हम यही चाहते हैं कि ये 250 वाट का ट्रांसफार्मर हमें मिला चाहिए। और जो बच्चे जो लोग हैं ये पोल्ट्री फार्म वाले, उनके कनेक्शन जो है डिस्कनेक्ट करें, हम लोग नहीं चाहते वो हमारे साथ करें लड़ाई। बस मैं इतना कहना चाहता हूं, चाहनी है कि सारे लाइट का इंतजाम है पूरा, हल होना चाहिए। नंबर एक के साथ साथ 100 का ट्रांसफार्मर लगे दा है साढ़े महल च, अद्धी बत्ती साड़ी दूसरी साइड चली जाती है, अद्धी किसान रही जाती है। जिन्हें उसे चेक की जा बत्ती जी बत्ती डिपार्टमेंट आई है चेक करें, 100 का ट्रांसफार्मर 50 की लाइट उस चलती है, 50 की आती है साढ़े महल, जरा महला 50 महला जरा नहीं चलता। नंबर एक भी आते ए सी लाए असें, ए सी अस किराए देने वास्तव तैयार हाँ, लेकिन साढ़े ए सी चलाइए दस सू सर अंदर आइए ए सी चलाइए दस। 100 बुलेटिन होंगे, 100 बुलेटिन ए सी नहीं चलते, 100 बुलेटिन ए सी नहीं चलता। ਲਿਆ ਜਾ ਕੇ ਸਾਡੇ ਅੰਦਰ ਆਈਏ, ਦੇਖਣ ਆਈਏ, ਸਾਡੇ ਏਸੀ ਅੰਦਰ ਚਲਾਉਣ ਆਈਏ, ਅਸ ਤਿਆਰ ਕਰਾਇਆ ਦੇਣ ਮੈਂ ਤਿਆਰ ਹਾਂ। ਨੰਬਰ ਦੋ ਇਹ ਕਿ ਸਾਡੇ ਪਾਣੀ ਆਉਂਦਾ ਸਾਡੇ ਲਾਈਟ ਦੀ, ਦੋ ਮਿੰਟ ਬਾਅਦ ਲਾਈਟ ਕਟੋ ਜਾਂਦੀ ਆ, ਦੋ ਮਿੰਟ ਬਾਅਦ ਕਈ ਹੈ ਕਿ ਪੂਰੀ ਫਿਊਜ 2 ਮਿੰਟ ਬਾਅਦ ਉੱਡੀ ਦਾ ਫਿਊਜ ਉੱਡਦਾ। ਤੁਹਾਡੇ ਬਾਅਦ 'ਚ ਪਾਣੀ ਵਾਲੇ ਡਿਪਾਰਟ ਪਾਣੀ ਜਿਹੜਾ ਅੱਧਾ ਪਾਣੀ ਉਹ ਵੀ ਸਾਡੇ ਮਹੱਲੇ ਜਿੰਨੇ ਵੀ ਸਾਡੇ ਕਾਰਕਰਤਾ ਲਾਏ ਗਏ ਨੇ ਉੱਥੇ ਪਾਣੀ, ਉਹ ਸਭ ਸਾਡੇ ਮਹੱਲੇ ਲਾਏ ਗਏ ਨੇ, ਸਾਡੇ ਘਮਹਿਰੇ ਮਹੱਲੇ ਲਾਏ ਗਏ ਨੇ। ਚਾਹੇ ਕਿ 2 ਮਿੰਟ ਪਾਣੀ ਦੇਣ, 10 ਮਿੰਟ ਪਾਣੀ ਦਿੰਦੇ ਤਾਂ ਪਾਣੀ ਬੰਦ ਕਰ ਦਿੰਦੇ ਸਾਡੇ ਮਹੱਲੇ ਦਾ ਪੂਰਾ ਡਿਪਾਰਟਮੈਂਟ ਪੂਰਾ। ਅੱਜ ਤੱਕ ਪੂਰਾ ਪਾਣੀ ਸਾਨੂੰ ਪੂਰਾ ਕਲੀਅਰ ਪਾਣੀ ਦੋ, ਅੱਜ ਤੱਕ ਕਿੰਨੇ ਪਾਣੀ ਲਵਾ ਦੇਵੇ? ਪਾਣੀ ਬੱਤੀ ਮੋਦੀ ਵਾਲਾ ਪਾਣੀ ਬੱਤੀ ਘਰ ਘਰ ਦਿਓ ਜੀ, ਇਹ ਘਰ ਘਰ ਬੁੱਧੀ ਪਾਣੀ 1800 ਰੁਪਏ ਬਿੱਲ ਦਿਆ, 1900 ਰੁਪਏ ਬਿੱਲ, 2600-2200 ਰੁਪਏ ਬਿੱਲ ਹਰ ਮਹੀਨੇ। ਅਸੀਂ ਆਖਦੇ ਕਿ ਲਾਈਟ ਦਿਓ, ਹੁਣ ਕਿਰਾਏ ਦੇਣੇ ਮੈਂ ਤਿਆਰ ਹਾਂ ਤੁਹਾਨੂੰ, ਲੇਕਿਨ ਸਾਡਾ ਕਿਰਾਇਆ ਹੁਣ ਕੋਈ ਸਾਡੇ ਬੱਤੀ ਲਾਈਟ ਬੱਤੀ ਦਾ ਪ੍ਰੋਬਲਮ ਹੈ ਕੋਈ ਨਹੀਂ, 2 ਮਿੰਟ ਬਾਅਦ ਇਹ ਟਰਾਂਸਫਾਰਮਰ ਚੱਲਦਾ ਨਹੀਂ ਹੈ, ਅੰਦਰ ਵਾਲੇ ਬੀਹ ਨਹੀਂ ਸਕਦੇ ਹੈ, ਰਾਤ ਦਿਨ ਪੂਰੀ ਰਾਤ 12 ਮਿੰਟ ਬੈਠਣੇ ਆ ਸਕਦੇ ਕੋਈ ਤਾਓ ਪਹਿਲੀ ਗੱਲ ਕਿ ਨਾ ਬੱਤੀ ਤੇ ਨਾ ਪਾਣੀ, ਦੋ ਹੀ ਗੱਲ। ਤ੍ਰੀ ਗੱਲ, ਅਗਰ ਤੁਸੀਂ ਇਹਦਾ ਸੰਵਿਧਾਨ ਨਹੀਂ ਕਰ ਸਕਦੇ ਤਾਂ ਫਿਰ ਅਸ ਤੁਹਾਨੂੰ ਅਸੀਂ 8 ਦਿਨ ਦਾ ਟਾਈਮ ਦੇ ਦਿੱਤਾ, ਮਤਲਬ 1 ਹਫ਼ਤੇ ਦਾ ਜਿਹੜਾ ਗਵਰਨਮੈਂਟ ਦਾ ਲਾਅ ਹੁੰਦਾ ਉਹਦਾ 1 ਹਫ਼ਤਾ ਹੁੰਦਾ ਹੈ, ਠੀਕ ਹੈ। 8 ਦਿਨ ਦਾ ਟਾਈਮ ਦਿੱਤਾ, ਅਗਰ 8 ਦਿਨ ਦੇ ਅੰਦਰ ਇਹ ਮਤਲਬ ਮਾਮਲਾ ਨਹੀਂ ਹੱਲ ਹੋਆ ਤਾਂ ਅਸੀਂ ਮਤਲਬ SDM DC ਦੇ ਪੇਸ਼ ਹੋ ਗਏ, ਅਸੀਂ ਆਪਣੇ ਹੱਥ 'ਚ ਕਾਨੂੰਨ ਨਹੀਂ ਲੈਣਾ, ਉਹਦੇ ਕੰਨ ਦੇ ਵਿੱਚ ਅਸੀਂ ਗੱਲ ਕੱਢਣੀ, ਉਹਦੇ ਕੰਨ ਵੀ ਸ਼ੈਲ ਤਰੀਕੇ ਦੀ ਗੱਲ ਕਰਕੇ, ਉਹਦੇ ਬਾਅਦ ਜੇ ਫਿਰ ਵੀ ਉਹਨਾਂ ਨੇ ਮਾਮਲਾ ਕੀਤਾ ਅਸੀਂ ਰੋਡ ਬਲਾਕ ਕਰਕੇ ਐਸਾ ਕਿ ਪੁਲਿਸ ਕਿਹੜਾ ਜਿਹੜੀ ਪੁਲਿਸ ਪ੍ਰਸ਼ਾਸਨ ਨਾਲ ਵੀ ਦਿਖਦੀ ਰਹੋਗੇ ਵੀ ਮਤਲਬ ਕੀ ਬਣੀ ਆ ਪਿੰਡਾਂ ਦੇ ਵਿੱਚ, ਠੀਕ ਹੈ। ਇਹ ਜਿਹੜਾ ਬਿੱਲ ਹੈ ਪੂਰੇ ਇਹ ਮਤਲਬ ਪੂਰੇ ਚੰਦੋਆਂ ਦਾ ਬਿੱਲ ਜਿਹੜਾ ਨਾ, ਪੂਰਾ ਚੰਦੋਆਂ ਹਲਕਾ ਜਿਹੜਾ ਨਾ, ਇਹਦੇ ਬਿੱਲ ਜਿਹੜੀ ਨਾ ਇਹਦੀ ਮਤਲਬ ਪੂਰੀ ਚੈਕਿੰਗ ਕੀਤੀ ਜਾਏ ਕਿ ਬਿੱਲ ਦਾ ਜਿਹੜਾ ਰੇਟ ਹੈ, ਇਹ ਜਿਹੜਾ ਬਿੱਲ ਪਾਉਂਦੇ ਨੇ ਕਿਸ ਬੇਸ ਦੇ ਉੱਪਰ ਪਾਉਂਦੇ ਨੇ, ਠੀਕ ਹੈ। ਬੱਤੀ ਹੈ ਨਹੀਂ ਤੇ ਬਿੱਲ 1800 ਰੁਪਿਆ ਜਾਂ ਤੇ ਬੱਤੀ ਸਾਨੂੰ ਦੇਣਗੇ, ਠੀਕ ਹੈ। ਅਸਾਂ ਬਿੱਲ ਮਤਲਬ ਉਹ ਨਹੀਂ ਕੀਤਾ, ਅਣਗਹਿਲੀ ਕੰਮ ਨਹੀਂ ਹੈ ਕੀਤੇ ਦਾ। ਸੋ ਆਪ ਸਭੀ ਕਾ ਇੰਤਜ਼ਾਰ ਹੁਆ ਵੀ ਖਤਮ, ਕਿਉਂਕਿ JKSSB ਕੇ ਦੁਆਰਾ ਨੋਟੀਫਿਕੇਸ਼ਨ ਆਊਟ ਹੋ ਚੁੱਕੀ ਹੈ, ਜਿਸਕੇ ਅਕੋਰਡਿੰਗ JKP ਕਾਂਸਟੇਬਲ ਕੀ ਰਿਕਰੂਟਮੈਂਟ ਨੋਟੀਫਿਕੇਸ਼ਨ ਵੀ ਆਊਟ ਹੋ ਚੁੱਕੀ ਹੈ, ਐਂਡ ਇਸ ਬਾਰ ਬਹੁਤ ਹੀ ਬਲਕ ਮੇ ਵੈਕੈਂਸੀਜ਼ ਆਈ ਹੈ। ਜੈਸਾ ਕਿ ਹਮਨੇ ਆਪਣੀ ਪ੍ਰੀਵੀਅਸ ਵੀਡੀਓ ਮੇ ਵੀ ਪ੍ਰਿਡਿਕਟ ਕੀਆ ਥਾ ਕਿ ਇਸ ਬਾਰ JKP ਕਾਂਸਟੇਬਲ ਕੀ 4000 ਪਲੱਸ ਵੈਕੈਂਸੀਜ਼ ਜੋ ਹੈ ਵੋ ਆਨੇ ਵਾਲੀ ਹੈ, ਤੋ ਬਿਲਕੁਲ ਵੈਸਾ ਹੀ ਹੁਆ ਹੈ। ਇਸ ਬਾਰ ਕੀ ਵੈਕੈਂਸੀਜ਼ 4000 ਸੇ ਜ਼ਿਆਦਾ ਹੈ, ਤੋ ਇਹ ਆਪਕੇ ਲਈ ਇੱਕ ਗੋਲਡਨ ਓਪਰਚੁਨਿਟੀ ਹੈ। ਲਾਸਟ ਆਈ ਥਿੰਕ ਮੁਝੇ ਲੱਗਤਾ ਹੈ 2019 ਮੇਂ ਇਹ JKP ਕਾਂਸਟੇਬਲ ਕੇ ਫਾਰਮ ਚੋਂ ਨਿਕਲੇ ਥੇ, ਔਰ ਅਬ
2024 में ये फिर से वैकेंसीज आई हैं, तो अभी किसी भी बात का वेट करने की ज़रूरत नहीं है, आप जल्दी से जल्दी अपने आप को तैयार कर सकते हो। तो इसी के लिए IBT भी अपना एक नया बैच अपकमिंग मंडे को जाने की 22 जुलाई को स्टार्ट करने जा रहा है, और ये हमारा लास्ट बैच रहेगा जो आपको मिलेगा 4999 में। तो इसके अलावा हमारे पास 4 बैच ऑलरेडी रनिंग पे हैं, तो इसमें भी बहुत ही लिमिटेड स्लॉट्स हैं। आप जल्दी से जल्दी अपने आप को रजिस्टर कराइए, या फिर ज़्यादा जानकारी के लिए आप नीचे दिए गए नंबर पे कॉल भी कर सकते हो। इससे ज़्यादा आप IBT में विज़िट कर सकते हो जो है नियर रेडियो स्टेशन। सो थैंक यू, हैव अ ग्रेट डे। क्या हाँ, बिल नहीं जमा कराया था? बिल ऐसे जमा करा रहे हैं, ये भी यहाँ जमा कराना है? अच्छा, मतलब अपने हाथ मतलब कोई कानून नहीं लेना है कि मतलब अस मतलब खुद मतलब लाले बनिया चाहे? असं स्टैप बाय स्टैप चलना है। अस 8 दिन का थोड़ा टाइम दिता, अगर 8 दिन के अंदर अगर साड़ा ट्रांसफार्म नहीं चेंज होता, यदा यह 100 का है, इतना 250 का ट्रांसफार्म लगना चाहिए, बड़ा बड़ा पिंड है। दूआ 2 पोल्ट्री फार्म लगते हैं इतने कन्ने, बंदा गल करता दुबली, ठीक है, अद्धी बत्ती पोल्ट्री फार्म खींचता है, अद्धी मिलती है साढ़े पिंड, 2 मिनट बाद बत्ती जी आउट हो जाती है, ठीक है। और पहली गल कि पिंडा के जरा पोल्ट्री फार्म की बत्ती है वो लागू ही नहीं है, ऐ लागू तुम मीडिया वाले हो, ऐ लागू ये गल जी ना, तुम SDM तक पजागे, ठीक है। पिंडा के पोल्ट्री फार्म की बत्ती लागू नहीं है, कोई कानून नहीं है कि मतलब पिंड पोल्ट्री फार्म की बत्ती जी कट्टी है, मतलब पिंड की बत्ती जी पोल्ट्री फार्म की दी जाएगी, ठीक है। इनका कनैक्शन बखरा होना चाहिए, असं नहीं आखते भी कुछ का रुजगार खराब हो, मगर असं थोड़ा 8 दिन का टाइम दिता, अगर 8 दिन के अंदर साढ़े मामले हल नहीं हुए ट्रांसफार्म के और पानी के, तो असें जरा ना SDM को जाना, अगर SDM ने नहीं मतलब मतलब मामला हल किया फिर अस रोड जरा ना धरना मार लगे, क्योंकि इन्नी गल नहीं बोलिया सू प्रशासन तुम्हें सूँ मतलब पहले दसिया गया नहीं, ठीक है ना। अगर अस कोई ऐसा गल कर चाहे तो 2 मिनट के पुलिस केस ली पुंदर बना किस बेसिस उपर बनाघन, ये साड़ी एक साड़ा हक है, साड़ी मान्यता है, साड़ा अधिकार है, और सानू ये अधिकार दिते दा है कि अस अपने हक वास्तव लड़ी सकते हैं, और लड़ना जरूरी भी है। जहाँ तक अस लड़गे नहीं सानू अपना हक नहीं मिलग, असें कुसै दे बारे च नहीं बोलिया, नहीं सानू जरूरत बोलने की, चाहे कोई कैसा भी बंदा है, मगर अस अपने हक के बारे बोलिया। नंबर 1 बिजली, नंबर 2 पानी, इहदी समस्या जिहड़ी ना वो जल्दी हल की जाए, इहदा टाइम थोनू असें दिता 8 दिन का, और ये बिल असें थोनू दसी दिता, बिल की पूरी तहकीकात की जाए, पूरी पूरी चंदवा की पूरा वेरीफिकेशन किया जाए।